ਲਾਅ ਦੀ, ਲਾਅ ਦੀ ਸਟੂਡੈਂਟ ਹੈ, ਅਤੇ ਦੋਸ਼ੀ ਨੇ ਮੇਰੇ ਨਾਲ ਜ਼ਬਰਦਸਤੀ ਨਸ਼ਾ ਪਿਆ ਕੇ ਚਾਹ ਦੇ ਵਿੱਚ ਪਿਆ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ। ਪੁਲਿਸ ਨੇ ਮੁਕੱਦਮਾ ਦਰਜ ਕੀਤਾ ਪਰ ਉਹਨੂੰ ਅਰੈਸਟ ਨਹੀਂ ਕੀਤਾ। ਉਸ ਤੋਂ ਬਾਅਦ ਮੈਨੂੰ ਪੈਸੇ ਦੇ ਗਏ, ਡਰਾ ਕੇ ਧਮਕਾ ਕੇ, ਕੰਪਰੋਮਾਈਜ਼ ਲਈ ਜ਼ੋਰ ਪਾਇਆ ਗਿਆ, ਮੈਂ ਤਾਂ ਵੀ ਨਹੀਂ ਮੰਨੀ। ਫਿਰ ਮੇਰੇ ਤੇ ਦੋਸ਼ੀ ਨੇ ਤੇਜ਼ਾਬੀ ਹਮਲਾ ਕਰਵਾਇਆ ਜਿਹਦੇ ਨਾਲ ਮੇਰਾ ਸਾਰੇ ਕੱਪੜੇ ਜਲ ਗਏ, ਮੇਰੇ ਬੋਡੀ ਦਾ ਕੁਝ ਪਾਰਟ ਵੀ ਚਲਿਆ। ਉਹਦੀ ਵੀ ਐਫ ਆਈ ਆਰ ਪੁਲਿਸ ਨੇ ਆਪਣੀ ਪੂਰੀ ਤਸੱਲੀ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਕੀਤੀ, ਪਰ ਫਿਰ ਵੀ ਉਹਨੂੰ ਅਰੈਸਟ ਨਹੀਂ ਕੀਤਾ। ਉਸ ਤੋਂ ਬਾਅਦ ਦੋਸ਼ੀ ਨੇ ਮੇਰੇ ਸਾਰੇ ਕੇਸ ਦੀ ਡਿਟੇਲ ਮੇਰੇ ਕਾਲਜ 'ਚ ਲਿਖ ਕੇ ਪਾਈ, ਮੈਨੂੰ ਜਾਣ ਬੁੱਝ ਕੇ ਬਦਨਾਮ ਕਰਨ ਲਈ। ਮੇਰੇ ਸਾਰੇ ਕੇਸ ਦੀ ਮੇਰੇ ਨਾਂ, ਮੇਰੇ ਐਡਰੈਸ ਨਾਲ ਡਿਟੇਲ ਲਿਖ ਕੇ ਫੇਸਬੁੱਕ 'ਤੇ ਪਾ ਦਿੱਤੀ ਤਾਂ ਜੋ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਬਦਨਾਮ ਕਰੇ ਅਤੇ ਮੇਰੇ 'ਤੇ ਕੰਪਰੋਮਾਈਜ਼ ਦਾ ਪ੍ਰੈਸ਼ਰ ਬਣਾ ਸਕੇ। ਮੈਂ ਫਿਰ ਵੀ ਕੰਪਰੋਮਾਈਜ਼ ਨਹੀਂ ਮੰਨੀ। ਮੈਂ 20 ਚੱਕਰ DGP ਸਾਹਿਬ ਦੇ ਦਫ਼ਤਰ ਦੇ ਲਾਇਆ, ਮੈਡਮ ਵਿਭੂ ਰਾਜ ਦੇ ਕੋਲ ਜਾ ਕੇ ਤਰਲੇ ਮਿੰਤਾਂ ਕੱਢੇ, ਬੜੀ ਵਾਰੀ ਵੀ ਦੋਸ਼ੀ ਨੂੰ ਗ੍ਰਿਫਤਾਰ ਕਰੋ, ਉਹਦੇ ਖਿਲਾਫ਼ ਕਾਰਵਾਈ ਕਰੋ। ਅੱਗਿਓਂ ਮੈਨੂੰ ਪੁਲਿਸ ਕਹਿੰਦੀ ਵੀ ਜਾਂ ਤਾਂ ਇੰਨੇ ਪੈਸੇ ਦੇ ਦੇ ਅਤੇ ਜਾਂ ਇੰਨੇ ਪੈਸੇ ਲੈ ਲਾ, ਜੇ ਤੂੰ ਪੈਸੇ ਦੇ ਨਹੀਂ ਸਕਦੀ ਹੈਗੀ ਤਾਂ ਫਿਰ ਪੈਸੇ ਲੈ ਕੇ ਤਾਂ ਕੰਪਰੋਮਾਈਜ਼ ਕਰ ਲਾ। ਜੇ ਤੂੰ ਕਵੇ ਨਾ ਵੀ ਉਹ ਲੜਕਾ ਕਦੀ ਅਰੈਸਟ ਹੋਵੇ, ਉਹ ਕਦੀ ਗ੍ਰਿਫਤਾਰ ਨਹੀਂ ਹੋਣਾ, ਜੇ 2 ਸਾਲਾਂ 'ਚ ਨਹੀਂ ਹੋਇਆ ਉਹ ਗਾਂ 20 ਸਾਲਾਂ 'ਚ ਵੀ ਨਹੀਂ ਹੋਣਾ, ਅਸੀਂ ਤੇਰੇ ਮੁਕੱਦਮੇ ਹੀ ਕੈਂਸਲ ਕਰ ਦੇਣੇ। ਕਿੰਨੇ ਮੁਕੱਦਮੇ ਦਰਜ ਹੋਏ? ਐਸਿਡ ਅਟੈਕ ਦਾ ਦਰਜ ਆ, ਤੀਸਰਾ ਸਨੈਚਿੰਗ ਦਾ ਦਰਜ ਆ, ਚੌਥਾ ਉਹਦੇ 'ਤੇ 228 ਏ ਦਾ ਰੇਪ ਵਿਕਟਮ ਦੀ ਆਈਡੈਂਟੀ ਡਿਸਕਲੋਜ਼ ਕਰਨ ਦਾ ਦਰਜ ਆ, ਇੱਕ ਉਹਦੇ 'ਤੇ 57 ਵੀ ਦਰਜ ਆ ਮੈਨੂੰ ਡਰਾਉਣ ਧਮਕਾਉਣ ਦੀ, ਆਪਣਾ ਕੇਸ ਵਾਪਸ ਲੈਣ ਦੀ। ਉਸ ਤੋਂ ਬਿਨਾਂ ਵੀ ਉਹਦੇ 'ਤੇ 2 ਹੋਰ DDR ਦਰਜ ਨੇ ਮੇਰੇ ਨੂੰ ਧਮਕੀਆਂ ਦੇਣ ਦੀਆਂ, ਪਰ ਉਹਦੇ ਬਾਵਜੂਦ ਵੀ ਉਹਨੂੰ ਅੱਜ ਤੱਕ ਅਰੈਸਟ ਨਹੀਂ ਕੀਤਾ ਗਿਆ। ਜੇਕਰ ਮੈਮ ਤੁਹਾਨੂੰ ਇਨਸਾਫ਼, ਤੁਸੀਂ ਅੱਜ ਕਿੱਥੇ ਆਏ ਹੋ? ਮੈਂ ਅੱਜ ਮੈਡਮ ਸਟੇਟ ਵੂਮੈਨ ਕਮਿਸ਼ਨ ਮਹਿਲਾ ਦੇ ਮੈਡਮ ਕੋਲੋਂ ਆਈ ਹਾਂ ਇਨਸਾਫ਼ ਦੀ ਲੈ ਕੇ ਦੁਹਾਈ, ਕਿਉਂਕਿ ਮੈਂ ਕਮਿਸ਼ਨਰ ਸਾਹਿਬ ਦੇ DGP ਸਾਹਿਬ ਦੇ ਦਫ਼ਤਰਾਂ ਦੇ ਧੱਕੇ ਖਾ ਖਾ ਕੇ ਥੱਕ ਚੁੱਕੀ ਹਾਂ। ਉਹਨਾਂ ਨੂੰ ਕਹਿ ਚੁੱਕੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ, ਅੱਗੇ ਉਹ ਸਾਫ਼ ਕਹਿ ਦਿੰਦੇ ਆ ਸਾਡੇ ਹੱਥ ਖੜੇ ਆ, ਸਾਡੇ ਕੋਲ ਕੇਸ ਦੀਆਂ ਫਾਈਲਾਂ ਨਹੀਂ, ਅਸੀਂ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਜੇ ਤੁਹਾਨੂੰ ਇਨਸਾਫ਼ ਨਾ ਮਿਲਿਆ ਕੀ ਕਰੋਗੇ? ਜੇ ਮੈਨੂੰ ਇਨਸਾਫ਼ ਨਾ ਮਿਲਿਆ ਜਾਂ ਤਾਂ ਫਿਰ ਮੈਂ ਆਪ ਜ਼ਹਿਰ ਖਾ ਕੇ ਮਰ ਜਾਂਗੀ, ਅਤੇ ਜਾਂ ਮੈਨੂੰ ਅੰਮ੍ਰਿਤਸਰ ਦੀ ਪੁਲਿਸ ਖੁਦ ਕਹਿੰਦੀ ਹੈ ਵੀ ਉਸ ਦੋਸ਼ੀ ਨੂੰ ਗੋਲੀਆਂ ਮਾਰ ਕੇ ਮਾਰ ਦੇ। ਹਾਂਜੀ, ਇਹ ਅੰਮ੍ਰਿਤਸਰ ਦਾ ਮੈਟਰ ਹੈ, ਇੱਕ ਲੜਕੀ ਦਾ ਜਿਹੜਾ ਕਿ ਅੱਜ ਮੀਡੀਆ ਦੁਆਰਾ ਮੇਰੇ ਧਿਆਨ ਵਿੱਚ ਲਿਆਇਆ ਗਿਆ, ਔਰ ਇਹ ਲੜਕੀ ਸਾਡੇ ਘਰ ਆਈ ਹੈ, ਮੇਰੇ ਸਮਕਸ਼ ਪੇਸ਼ ਹੋਈ ਹੈ। ਇਹਨੂੰ ਇਹ ਦੱਸ ਰਹੀ ਹੈ ਕਿ ਇਹਦੀ ਅੰਗੇਜਮੈਂਟ ਤੋਂ ਬਾਅਦ ਇਹਦੇ ਫਿਓਨਸੇ ਨੇ ਇਹਨੂੰ ਬਹਿਲਾ ਫੁਸਲਾ ਕੇ 2-3 ਵਾਰੀ ਸ਼ਾਦੀ ਦਾ ਦਬਾਅ ਪਾ ਕੇ ਕਿ ਸ਼ਾਦੀ ਨਹੀਂ ਕਰਾਂਗਾ ਜੇ ਰਿਲੇਸ਼ਨ ਨਹੀਂ ਬਣਾਏਗੀ, 2-3 ਵਾਰੀ ਇਹਦੇ ਨਾਲ ਰਿਲੇਸ਼ਨ ਬਣਾ ਕੇ ਅਤੇ ਹੁਣ ਸ਼ਾਦੀ ਤੋਂ ਡਿਨਾਈ ਕਰ ਰਿਹਾ। ਉਦੋਂ ਦੀ ਇਹ ਲੜਕੀ ਦੇ ਅਨੁਸਾਰ ਇਹ ਭਟਕਦੀ ਫਿਰਦੀ ਹੈ, ਪੁਲਿਸ ਥਾਣਿਆਂ 'ਚ FIR ਦਰਜ 4 ਵਾਰੀ ਕਹਿੰਦੀ ਹੈ ਕਿ ਦਰਜ ਹੋ ਚੁੱਕੀ ਹੈ, ਪਰ ਹਾਲੇ ਤੱਕ ਲੜਕੀ ਦੀ ਗ੍ਰਿਫਤਾਰੀ ਨਹੀਂ ਹੋਈ। DGP ਤੋਂ ਲੈ ਕੇ IG ਤੱਕ ਇਹ ਕਹਿੰਦੀ ਮੈਂ ਘੁੰਮੀ ਹਾਂ, ਇਹਦੇ ਕੋਲ ਸਾਰੇ ਜੋ ਪਰੂਫ ਵੀ ਇਹਨੇ ਮੈਨੂੰ ਐਂਟਰੀਜ਼ ਦਿਖਾਈਆਂ ਨੇ, ਅਤੇ ਹਾਲੇ ਤੱਕ ਹੁਣ ਕਮਿਸ਼ਨ ਇਹਦੇ 'ਤੇ ਕਾਰਵਾਈ ਕਰੇਗਾ ਕਿ FIR ਦਰਜ ਹੋਣ ਤੋਂ ਬਾਅਦ ਉਸ ਲੜਕੇ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ। ਬੜਾ ਹੀ ਸੰਗੀਨ ਮਾਮਲਾ ਹੈ। ਲੜਕੀ ਲਾਅ ਦੀ ਸਟੂਡੈਂਟ ਹੈ, ਬੜੀ ਹੈਰਾਨੀ ਦੀ ਗੱਲ ਹੈ, ਐਡੀ ਪੜ੍ਹੀ ਲਿਖੀ ਲਾਅ ਦੀ ਸਟੂਡੈਂਟ ਹੋ ਕੇ ਉਹਦੇ ਨਾਲ ਧੋਖੇ ਦਾ ਕੇਸ ਹੋਇਆ, ਉਹਦੇ 'ਤੇ ਦਬਾਅ ਬਣਾਇਆ ਜਾ ਰਿਹਾ ਕਿ ਪੈਸੇ ਲੈ ਕੇ ਇਸ ਮਾਮਲੇ ਨੂੰ ਰਫਾ ਦਫਾ ਕਰੋ, ਅਤੇ ਬੜਾ ਹੀ ਸੰਗੀਨ ਮਾਮਲਾ ਇਹ ਹੈ। ਅਟੈਂਪਟ ਆਫ ਰੇਪ ਵਿੱਚ ਇਹ ਆਉਂਦਾ ਹੈ, ਸ਼ਾਦੀ ਦਾ ਝਾਂਸਾ ਦੇ ਕੇ ਰੇਪ ਕਰਨਾ ਇਸ ਲੜਕੀ ਨਾਲ, ਔਰ ਉਹ ਬਕਾਇਦਾ ਅੰਗੇਜਮੈਂਟ ਤੋਂ ਬਾਅਦ ਇਹਦੀ ਵਰਡਿੰਗ ਹੈ ਲੜਕੀ ਦੀ ਕਿ ਮਾਂ ਦਾ ਵੀ ਮੇਰੇ 'ਤੇ ਪ੍ਰੈਸ਼ਰ ਸੀ ਕਿ ਕੋਈ ਗੱਲ ਨਹੀਂ ਤੇਰਾ ਤਾਂ ਹੁਣ ਵਿਆਹ ਹੋ ਹੀ ਜਾਣਾ, ਅਤੇ ਬਹੁਤ ਹੀ ਸੰਗੀਨ ਮੈਟਰ ਹੈ। ਅਤੇ ਮਹਿਲਾ ਕਮਿਸ਼ਨ ਕੀ ਐਕਸ਼ਨ ਲਏਗਾ ਜੀ? ਹੁਣ ਇਹ ਆਪਾਂ ਪੂਰੀ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਕਿ ਕਿਉਂ ਨਹੀਂ ਹਾਲੇ ਤੱਕ ਇਹਦੀ FIR ਦਰਜ ਹੋਣ ਤੋਂ ਬਾਅਦ ਕਿਉਂ ਗ੍ਰਿਫਤਾਰੀ ਨਹੀਂ ਹੋਈ, ਕੌਣ ਲੋਕ ਪਿੱਛੇ ਨੇ, ਕਿਉਂ ਇਸ ਲੜਕੀ 'ਤੇ ਕੌਣ ਦਬਾਅ ਪਾ ਰਿਹਾ, ਪੂਰੀ ਇਨਵੈਸਟੀਗੇਸ਼ਨ ਕਰਕੇ ਇਸ ਬੱਚੀ ਨੂੰ ਇਨਸਾਫ਼ 'ਤੇ ਲਾਇਆ ਜਾਏਗਾ। ਕਿੰਨੀ ਦੇਰ 'ਚ ਮੈਡਮ ਐਕਸ਼ਨ ਲਿਆ? ਇਹ ਕੱਲ੍ਹ ਹੀ, ਅੱਜ ਸੰਡੇ ਵੇ, ਕੱਲ੍ਹ ਮੈਂ ਆਫਿਸ ਜਾਵਾਂਗੀ, ਇਹਦਾ ਡਾਇਰੀ ਨੰਬਰ ਹੋ ਜਾਏਗਾ ਕੰਪਲੇਂਟ ਦਾ, ਕੱਲ੍ਹ ਹੀ ਆਪਾਂ ਇਹਨੂੰ ਹੈ ਇਹਦੀ ਸਟੇਟਸ ਰਿਪੋਰਟ ਮੰਗਵਾ ਕੇ ਸਾਰੀ ਜਲਦ ਤੋਂ ਜਲਦ ਇਹਦੇ 'ਚ ਇਹਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਾਂਗੇ।